देश दुनिया की हर वड्डी खबर के लिए हुणे डाउनलोड करो नंबर 1 न्यूज ऐप दैनिक सवेरा टाइम्स। साने इसलिए मौजूद ने दीप सिद्धू जो कि किसानी धरने के बैठ के प्रोटेस्ट के बैठ के नौजवानों संबोधन कर रहे सन। असं इन्हां नाल गलबात करते हैं। दीप सिद्धू अज जिहड़ी मीटिंग की गई है किसान आगुआ वालों, वो मीटिंग फिर बेसिट्टा रही है। हालांकि किसानों वालों सरकार के सामने तख्तियां तक लगा दी गई यस नो दियां कि तुसी कानून वापस लेने जा नहीं, पर फिर भी कोई नतीजा नहीं आया। भाई जी आए हाँ भी हजे तो यह नतीजा आना भी नहीं सी, क्योंकि सरकार का रुख समझते आप जिदे पहला मीटिंग करके आए सी उदे जे तुसी साढ़े जिहड़े खेतीबाड़ी मंत्री आ उन्हों का बयान सुनोगे भी असं अगली मीटिंग आपका फैसला दे देंगे, यदा मतलब जोड़ा रिकनसीलेशन प्रोसैस सी होने तो पहला ही वह धारी बैठे से भी अगली मीटिंग आपका फैसला दे देंगे। देखो तुसी सो जिहड़ा कुछ धारी बैठे से वह तो यही सी भी असी तो वापस नहीं लेंगे, है ना, क्योंकि इन्हों असी जे इन सारिया स्टेटमेंट्स इन्हों एनालाइज करते हैं तो ये चो जो उस धिर की समझ आ वह निकल आ जो सानू पता लग जाती है। सो इस करके जिहड़ी मीटिंग्स बेसिट्टा रही आ इहदा जिहड़ी फाउंडेशन आ उह तां पहलां ही इन्हां ने इह नींह धरती सी भी इह बेसिट्टा ही रहूगी। हालांकि हुण जे सरकारी जिहड़े अधिकारी ने उन्होंने गल मनी है तो वह कहिंदे ने कि आपां सोध करन नूं तैयार हाँ, पर जिहड़े किसान ने उही कहिंदे पए ने कि हुण बिल वापस ही होऊगा, आपां सोधां दे गल नहीं मननी। देखो गल उह सही कह रहे आ, क्यों, क्योंकि साडा बेसिक जिहड़ा स्ट्रगल दा स्ट्रक्चर है इस टाइम उहनूं समझिए, असीं कारपोरेटाइजेशन नूं मना कर रहे हैं भी इहनूं ना इंट्रोड्यूस करो एग्रीकल्चर सैक्टर च। जे कारपोरेटाइजेशन नूं इंट्रोड्यूस करता तुसीं तां जिहड़े छोटे किसान आ उह सब तों पहलां रगड़े जाणे आ। इकोलॉजिकल लिटरेसी जिहड़ी हुंदी आ जां जिहड़ा जिहड़े नैचुरल रिसोर्सिज या वातावरण नूं समझण दी जिहड़ी इक किसान कोले जिहड़ी अबिलिटी आ उह कंपनियां कोले नहीं हुंदी, सो उत्थे भी असीं मात खावांगे। ਹੁਣ ਜਿੱਦਾਂ ਬੇਸਿੱਟਾਂ ਵੀ ਮੀਟਿੰਗਾਂ ਰਹਿ ਰਹੀਆਂ ਨੇ, ਤੁਸੀਂ ਵੀ ਕਹਿ ਰਹੇ ਹੋ ਕਿ ਉਹਨਾਂ ਦਾ ਪਹਿਲੇ ਉਹਨਾਂ ਨੇ ਧਾਰਿਆ ਹੋਇਆ ਸੀਗਾ, ਤੁਸੀਂ ਨੌਜਵਾਨਾਂ ਦੇ ਵਿੱਚ ਖੜੇ ਹੋ, ਤੁਸੀਂ ਨੌਜਵਾਨਾਂ ਨੂੰ ਐਡਰੈਸ ਵੀ ਕਰ ਰਹੇ ਸੀ, ਸਮਝਾ ਵੀ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਬਿੱਲ ਨੇ ਉਹ ਸ਼ਾਇਦ ਸਾਡੇ ਜਿਹੜੇ ਹੋਰ ਥਾਵਾਂ ਨੇ ਹੋਰ ਸੂਬੇ ਨੇ ਉਹਨਾਂ ਨੂੰ ਇਫੈਕਟ ਕਰਨਗੇ। ਦੇਖੋ ਜੀ ਇਹ ਹਰ ਜਗ੍ਹਾ ਜਿੱਥੇ ਵੀ ਇੰਡੀਆ 'ਚ ਨਾ ਬੜੀ ਡਾਇਵਰਸ ਕਲਚਰ ਆ ਉਹਨੂੰ ਸਮਝੋ, ਕਲਚਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਇੰਡੀਆ 'ਚ ਈਵਨ ਬਾਇਓਡਾਇਵਰਸਿਟੀ ਬਹੁਤ ਵੱਡੀ ਆ, ਹੈ ਨਾ, ਸੋਇਲ ਦਾ ਬਿਹੇਵੀਅਰ ਜਿਹੜਾ ਉਹ ਵੱਖ ਵੱਖ ਆ ਹਰ ਜਗ੍ਹਾ। ਇਸੇ ਤਰ੍ਹਾਂ ਜੇ ਤੁਸੀਂ ਦੇਖੋ ਵੀ ਮੌਸਮ ਵੀ ਵੱਖ ਵੱਖ ਹੁੰਦੇ ਆ, ਇਸੇ ਤਰ੍ਹਾਂ ਜਿਹੜੇ ਰਿਸੋਰਸਿਸ ਆ ਚਾਹੇ ਪਾਣੀ ਆ ਚਾਹੇ ਹੈ ਨਾ ਨੈਚੁਰਲ ਰਿਸੋਰਸਿਸ ਜਿਹੜੇ ਅਵੇਲੇਬਲ ਆ ਉਹ ਵੀ ਉੱਥੇ ਡਿਫਰ ਕਰਦੇ ਆ, ਹੈ ਨਾ। ਸੋ ਇਸ ਕਰਕੇ ਜੇ ਆਪਾਂ ਇਸ ਗੱਲ ਨੂੰ ਸਮਝੀਏ ਤਾਂ ਇੱਕ ਤਰ੍ਹਾਂ ਦਾ ਕਾਨੂੰਨ ਸਾਰੇ ਦੇਸ਼ 'ਚ ਇੰਨੇ ਡਾਇਵਰਸ ਸਰਕਮਸਟਾਂਸਿਸ ਆ ਜਿੱਥੇ ਉੱਥੇ ਜੇ ਲਾਗੂ ਹੋਊਗਾ, ਉੱਥੇ ਜੇ ਇੱਕ ਤਰ੍ਹਾਂ ਦਾ ਕਾਨੂੰਨ ਲਾਗੂ ਕਰ ਦੇਣਾ ਤਾਂ ਉਸ ਕਾਨੂੰਨ ਨੇ ਕਿਤੇ ਸਾਰਥਕਤਾ ਲੈ ਕੇ ਆਉਣੀ ਆ ਕਿਤੇ ਨਹੀਂ ਲੈ ਕੇ ਆਉਣੀ। ਪਰ ਮੋਸਟਲੀ ਜੇ ਅਸੀਂ ਇੰਡੀਅਨ ਡਾਇਵਰਸਿਟੀ ਨੂੰ ਸਮਝੀਏ ਤਾਂ ਉਹ ਸਾਰਥਕ ਹੋ ਹੀ ਨਹੀਂ ਸਕਦਾ, ਸੈਂਟਰਲ ਕਾਨੂੰਨ ਸਾਰਥਕ ਹੋ ਹੀ ਨਹੀਂ ਸਕਦਾ, ਮੇ ਬੀ ਇੱਕ ਖਿੱਤੇ ਲਈ ਹੋ ਸਕਦਾ ਛੋਟੀ ਜਿਹੀ ਜਗ੍ਹਾ ਲਈ, ਪਰ ਬਾਕੀ ਖਿੱਤਿਆਂ ਲਈ ਉਹ ਸਾਰਥਕ ਨਹੀਂ ਹੋ ਸਕਦਾ। ਸੋ ਅੱਜ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਉਹ ਇਸੇ ਕਰਕੇ ਲੜ ਰਹੇ ਹਾਂ ਵੀ ਪਹਿਲਾਂ ਤਾਂ ਤੁਸੀਂ ਐਗਰੀਕਲਚਰ ਜਿਹੜਾ ਸਬਜੈਕਟ ਆ ਉਹਨੂੰ ਸਟੇਟ ਸਪੈਸੀਫਿਕ ਇਸੇ ਕਰਕੇ ਬਣਾਇਆ ਗਿਆ ਕਿਉਂਕਿ ਇੱਥੇ ਡਾਇਵਰਸਿਟੀ ਬਹੁਤ ਆ, ਹੈ ਨਾ, ਬਾਇਓਡਾਇਵਰਸਿਟੀ ਆ, ਹਿਊਮਨ ਡਾਇਵਰਸਿਟੀ ਆ, ਰਿਸੋਰਸਿਸ ਦੀ ਡਾਇਵਰਸਿਟੀ ਆ, ਅਤੇ ਉਹਨੂੰ ਜਸਟੀਫਾਈ ਤਾਂ ਹੀ ਕਰ ਪਾਵਾਂਗੇ ਜੇ ਸੂਬੇ ਕਾਨੂੰਨ ਘੜਨਗੇ। ਤਾਂ ਤੁਸੀਂ ਇੱਥੇ ਇਸ ਜਿਹੜਾ ਐਗਰੀਕਲਚਰ ਜਾਂ ਸਟੇਟ ਸਬਜੈਕਟ 'ਚ ਤੁਹਾਡੀ ਇੰਟਰਫੇਰੈਂਸ ਨਹੀਂ ਚਾਹੀਦੀ, ਹੈ ਨਾ, ਜੇ ਮੈਂ ਅੰਗਰੇਜ਼ੀ 'ਚ ਕਹਾਂ ਡੂ ਨੋਟ ਇਨਫਰਿੰਜ ਅਪੋਨ ਆਰ ਰਾਈਟਸ। ਸੋ ਇਸ ਕਰਕੇ ਜਿਹੜਾ ਕੌਨਫਲਿਕਟ ਰਾਈਜ਼ ਹੋਇਆ ਨਾ ਉਹ ਸਰਕਾਰ ਦੀ ਜ਼ਿੱਦ ਅਤੇ ਸਰਕਾਰ ਦੀ ਮੂਰਖਤਾ ਮੈਂ ਕਹਿ ਲੂੰਗਾ ਇਸ ਕਰਕੇ ਰਾਈਜ਼ ਹੋਇਆ। 9 ਤਰੀਕ ਨੂੰ ਜਿਹੜੇ ਹੁਣ ਦੁਬਾਰਾ ਮੀਟਿੰਗ ਦੀ ਗੱਲ ਕਹੀ ਜਾ ਰਹੀ ਕਿ 9 ਤਰੀਕ ਨੂੰ ਦੁਬਾਰਾ ਤੋਂ ਮੀਟਿੰਗ ਕੀਤੀ ਜਾਏ ਕਿਉਂਕਿ 8 ਤਰੀਕ ਨੂੰ ਚੱਕਾ ਜਾਮ ਦੀ ਜਿਹੜੀ ਕਾਲ ਹੈ ਕਿਸਾਨੀ ਯੂਨੀਅਨਾਂ ਵੱਲੋਂ ਪੂਰੇ ਭਾਰਤ ਦੇ ਵਿੱਚ ਦਿੱਤੀ ਗਈ ਹੈ, ਤੁਹਾਨੂੰ ਕੀ ਲੱਗਦਾ ਕਿ ਅੱਜ ਜੇ ਇਹਨਾਂ ਨੇ ਬੇਸਿੱਟਾ ਮੀਟਿੰਗ ਕਹੀ ਹੈ, ਅੱਜ ਜੇ ਇੱਕ ਸਰਕਾਰਾਂ ਇਹ ਗੱਲ ਕਹਿ ਰਹੀਆਂ ਨੇ ਕਿ ਆਪਾਂ ਬਿੱਲ ਵਾਪਸ ਨਹੀਂ ਲੈਣੇ ਆਪਾਂ ਸੋਧ ਕਰ ਲੈਂਦੇ ਹਾਂ, ਤੁਹਾਨੂੰ ਕੀ ਲੱਗਦਾ 9 ਤਰੀਕ ਨੂੰ ਵੀ ਕੋਈ ਇਹੋ ਜਿਹਾ ਫੈਸਲਾ ਹੋਊਗਾ? ਦੇਖੋ ਕਿਸਾਨਾਂ ਦਾ ਸੰਘਰਸ਼ ਜਿਹੜਾ ਲਗਾਤਾਰ ਜਾਰੀ ਹੈ ਉਹਦੇ ਲਈ ਅੱਜ ਦੀ ਮੀਟਿੰਗ ਦੇ ਸਾਨੂੰ ਜੋ ਉੱਥੇ ਸਾਰੇ ਇਵੈਂਟਸ ਹੋਏ ਆ ਨਾ ਉਹਨੂੰ ਵੀ ਸਮਝਣਾ ਪਊਗਾ, ਹੈ ਨਾ, ਉਹਨਾਂ ਦੇ ਬਿਹੇਵੀਅਰ ਨੂੰ ਸਮਝਣਾ ਪਊਗਾ। ਪਰ ਜਿੱਥੋਂ ਤੱਕ ਮੇਰੀ ਸਮਝ ਆ ਇਹ ਪ੍ਰੀਮੈਚਿਓਰ ਗੱਲ ਵੀ ਹੋ ਸਕਦੀ ਆ, ਪਰ ਸਰਕਾਰ ਨੇ ਬਿੱਲ ਵਾਪਸ ਲੈਣੇ ਆ ਜਿਹੜੇ ਉਹ ਹਜੇ ਤਾਂ ਅੜੇ ਬੈਠੇ ਆ, ਜਦੋਂ ਤੱਕ ਜਮਾਂ ਹੀ ਉਹਨਾਂ ਨੂੰ ਅਸੀਂ ਬੈਕਫੁੱਟ 'ਤੇ ਨਹੀਂ ਲੈ ਆਉਂਦੇ
ਔਰ ਬੈਕਫੁੱਟ 'ਤੇ ਕਿਵੇਂ ਲੈ ਆਉਂਦੇ ਇਹ ਲੋਕਡਾਊਨ ਨੂੰ ਲੇਅਰ ਵਾਈਜ਼ ਅਸੀਂ ਬ੍ਰੇਕ ਨਹੀਂ ਕਰਦੇ ਉਦੋਂ ਤੱਕ ਸਰਕਾਰ ਨੇ ਪਿੱਛੇ ਨਹੀਂ ਹਟਣਾ ਸੋ ਸਾਨੂੰ ਇਸ ਜਿਹੜਾ ਪੂਰਾ ਇਸ ਟਾਈਮ ਲੋਕਡਾਊਨ ਹੋ ਰੱਖਿਆ ਨਾ ਜਿਹੜਾ ਉਹਨੂੰ ਬ੍ਰੇਕ ਕਰਨਾ ਤਾਂ ਸਾਨੂੰ ਲੇਅਰ ਵਾਈਜ਼ ਹੀ ਤੋੜਨਾ ਪਊਗਾ ਜਿਵੇਂ ਕਹਿੰਦੇ ਚੱਕਰ ਵਿਊ ਪਰਤਾਂ 'ਚ ਭੰਨਿਆ ਜਾ ਸਕਦਾ ਅਤੇ ਸਾਨੂੰ ਉਵੇਂ ਪਰਤਾਂ 'ਚ ਹੀ ਭੰਨਣਾ ਪਊਗਾ ਅਦਰਵਾਈਜ਼ ਡੈਡਲੋਕ ਜਿਹੜਾ ਕ੍ਰੀਏਟ ਹੋ ਗਿਆ ਨਾ ਇਹ ਸੋ ਇਹ ਡੈਡਲੋਕ ਬਹੁਤ ਹੀ ਜ਼ਿਆਦਾ ਹੋਰ ਸਟਰੋਂਗ ਹੁੰਦਾ ਜਾ ਰਿਹਾ ਅਤੇ ਸਾਨੂੰ ਸਮਝਣਾ ਪਊਗਾ ਰਣਨੀਤੀ ਉਸ ਅਕੋਰਡਿੰਗਲੀ ਘੜਨੀ ਪਊਗੀ ਵੀ ਇਹਨੂੰ ਅਸੀਂ ਲੇਅਰ ਵਾਈਜ਼ ਕਿਵੇਂ ਬ੍ਰੇਕ ਕਰੀਏ ਬਹੁਤ ਬਹੁਤ ਧੰਨਵਾਦ ਸੋ ਇਸ ਸਾਡੇ ਨਾਲ ਦੀਪ ਸਿੱਧੂ ਜੋ ਕਿ ਨੌਜਵਾਨਾਂ ਨੂੰ ਇੱਥੇ ਸੰਬੋਧਨ ਕਰਨ ਆਏ ਸਨ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਜਿਹੜੀ ਬੇਸਿੱਟਾ ਮੀਟਿੰਗ ਰਹੀ ਹੈ ਉਸ ਦੇ ਬਾਰੇ ਵੀ ਗੱਲਬਾਤ ਕੀਤੀ ਅਤੇ ਇਹਨਾਂ ਦਾ ਇਹੀ ਗੱਲ ਕਹਿਣਾ ਕਿ ਸਰਕਾਰ ਜਿਹੜੀ ਹੈ ਉਹ ਅੜੀ ਹੋਈ ਹੈ ਆਪਣੇ ਸ਼ਬਦਾਂ ਦੇ ਉੱਤੇ ਕਿ ਉਹ ਸਿਰਫ ਸੋਧ ਕਰਨਗੇ ਪਰ ਕਿਸਾਨ ਜਿਹੜੇ ਨੇ ਉਹੀ ਚਾਹੁੰਦੇ ਨੇ ਕਿ ਬਿੱਲ ਕਿਸੇ ਨਾ ਕਿਸੇ ਤਰੀਕੇ ਜਿਹੜੇ ਨੇ ਉਹ ਸਰਕਾਰ ਵਾਪਸ ਲਵੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਸਾਜਨ ਅਰੋੜਾ ਦੈਨਿਕ ਸਵੇਰ ਟੀਵੀ ਸਿੰਘੂ ਬਾਰਡਰ ਦਿੱਲੀ All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648